ਪਹਿਲਾਂ ਪਵਾਇਆ ਤੇਲ, ਫਿਰ ਕੱਢ ਲਈ ਪਿਸਤੌਲ ਤੇ ਪਿਸਤੌਲ ਦੇ ਦਮ ਤੇ ਲੁੱਟਿਆ ਪੈਟਰੋਲ ਪੰਪ ਦਾ ਕਰਿੰਦਾ। ਜੀ ਹਾਂ, ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਤਿੰਨ ਬਦਮਾਸ਼ ਆਉਂਦੇ ਨੇ। ਮੂੰਹ ਇਹਨਾਂ ਨੇ ਆਪਣੇ ਢੱਕੇ ਹੁੰਦੇ ਨੇ। ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਬਾਈਕ ਦੇ ਵਿੱਚ ਤੇਲ ਪਵਾਇਆ ਜਾਂਦਾ ਹੈ, ਜਿਸ ਤੋਂ ਬਾਅਦ ਜਦੋਂ ਪੈਸੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਕਰਿੰਦੇ ਨੂੰ ਦਿੱਤੇ ਜਾਂਦੇ ਨੇ ਤਾਂ ਜੋ ਪੈਟਰੋਲ ਪੰਪ ਦਾ ਕਰਿੰਦਾ ਇਹਨਾਂ ਨੂੰ ਪੈਸੇ ਖੁੱਲ੍ਹੇ ਦੇਣ ਦੇ ਲਈ ਕਹਿੰਦਾ। ਪਰ ਜਿਵੇਂ ਹੀ ਉਹ ਕਹਿੰਦਾ ਤਾਂ ਜੋ ਬਾਈਕ ਦੇ ਪਿਛਲੇ ਪਾਸੇ ਇੱਕ ਹੋਰ ਬਦਮਾਸ਼ ਬੈਠਾ ਜਿਸਨੇ ਆਪਣਾ ਮੂੰਹ ਢੱਕਿਆ ਹੋਇਆ, ਉਹ ਇੰਨੇ ਵਿੱਚ ਹੀ ਪਿਸਤੌਲ ਕੱਢ ਲੈਂਦਾ ਅਤੇ ਜੋ ਪੰਪ ਦਾ ਕਰਿੰਦਾ ਹੁੰਦਾ ਉਸਨੂੰ ਕਹਿੰਦਾ ਕਿ ਜੋ ਕੁਝ ਵੀ ਤੇਰੇ ਕੋਲ ਹੈ ਉਹ ਕੱਢ ਦੇਵੇ। ਤਾਂ ਉਸ ਤੋਂ ਬਾਅਦ ਉਹ ਡਰ ਦੇ ਮਾਰੇ, ਉਸਦੇ ਕੋਲ 10,000 ਰੁਪਏ ਹੁੰਦੇ ਨੇ, ਉਹ ਉਹਨਾਂ ਨੂੰ ਦੇ ਦਿੰਦਾ। ਜਿਸ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਘਟਨਾ CCTV ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਅਤੇ ਫਿਰ ਉਸ ਤੋਂ ਬਾਅਦ ਪਿਸਤੌਲ ਦਿਖਾ ਕੇ ਸਾਰੇ ਹੀ ਕਰਿੰਦੇ ਤੋਂ ਪੈਸੇ ਲੁੱਟ ਕੇ ਫਰਾਰ ਹੋ ਗਏ ਨੇ। ਫਿਲਹਾਲ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ CCTV ਦੇ ਵਿੱਚ ਕੈਦ ਹੋਈ ਹੈ ਅਤੇ ਇਹ ਤਸਵੀਰਾਂ ਤਰਨ ਤਾਰਨ ਤੋਂ ਸਾਹਮਣੇ ਆਈਆਂ ਨੇ। ਤੇਲ ਪਵਾਇਆ ਪਹਿਲੋਂ ਮੇਰੇ ਤੋਂ ਉਹਨਾਂ ਨੇ, ਫਿਰ ਮੈਨੂੰ ਫਿਰ ਮੈਂ ਟੁੱਟੇ ਪੈਸੇ ਨਹੀਂ ਹੈਗੇ, ਕਹਿੰਦੇ ਨਹੀਂ ਹੈਗੇ। ਫਿਰ ਉਹਨਾਂ ਮੈਨੂੰ ਪੈਸੇ ਦਿੱਤੇ, ਮੈਂ ਪਰਚੀਆਂ ਕੱਢ ਕੇ ਦੇ ਦਿੰਦੇ ਹਾਂ, ਉਦੋਂ ਮੈਨੂੰ ਕਹਿੰਦੇ ਪੈਸੇ ਕੱਢਦੇ ਜਿੰਨੇ ਹੈਗੇ। ਫਿਰ ਉਹਨਾਂ ਪਿਸਤੌਲ ਦੀ ਨੋਕ 'ਤੇ ਪਿਸਤੌਲ ਵਿਖਾਇਆ ਮੈਨੂੰ, ਪਿਸਤੌਲ ਦੀ ਨੋਕ 'ਤੇ ਮੇਰੇ ਤੋਂ ਪੈਸੇ ਖੋ ਕੇ ਲੈ ਗਏ। ਅਤੇ ਕਿੰਨੇ ਕੁ ਪੈਸੇ ਸੀ ਵੀਰ ਜੀ? ਵੀਰ ਜੀ ਹੈਗਾ ਸੀ 9,910,000। ਅਤੇ ਉਹਨਾਂ ਕੋਲ ਹਥਿਆਰ ਵੀ ਹੈਗੇ? ਹਾਂਜੀ ਵੀਰ ਜੀ, ਹਥਿਆਰ ਵੀ ਹੈਗੇ। ਅਤੇ ਕਿਹੜੀ ਚੀਜ਼ 'ਤੇ? ਪਿਸਤੌਲ ਦੀ ਨੋਕ 'ਤੇ ਲੈ ਗਏ। ਕਿਹੜੀ ਚੀਜ਼ 'ਤੇ ਆਏ ਸੀ ਉਹ? ਸਪਲੈਂਡਰ ਮੋਟਰਸਾਈਕਲ ਸੀ ਵੀਰ ਜੀ। ਅਤੇ ਕੋਈ CCTV ਫੁਟੇਜ ਹੈਗੀ? ਹਾਂਜੀ ਵੀਰ ਜੀ, CCTV ਫੋਟੋ ਹੈਗੀ, ਕੈਮਰੇ ਲੱਗੇ, ਕੈਮਰੇ ਦੇ ਵਿੱਚ ਉੱਤੇ ਕੈਮਰੇ ਲੱਗੇ ਆ ਮਸ਼ੀਨ 'ਤੇ। ਕੀ ਮੰਗ ਕਰਦੇ ਜੀ? ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਜੀ, ਇਨਸਾਫ਼ ਦਿੱਤਾ ਜਾਵੇ। ਪਹਿਲਾਂ ਪਵਾਇਆ ਤੇਲ, ਫਿਰ ਕੱਢ ਲਈ ਪਿਸਤੌਲ ਅਤੇ ਪਿਸਤੌਲ ਦੇ ਦਮ 'ਤੇ ਲੁੱਟਿਆ ਪੈਟਰੋਲ ਪੰਪ ਦਾ ਕਰਿੰਦਾ। ਜੀ ਹਾਂ, ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਤਿੰਨ ਬਦਮਾਸ਼ ਆਉਂਦੇ ਨੇ। ਮੂੰਹ ਇਹਨਾਂ ਨੇ ਆਪਣੇ ਢੱਕੇ ਹੁੰਦੇ ਨੇ। ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਬਾਈਕ ਦੇ ਵਿੱਚ ਤੇਲ ਪਵਾਇਆ ਜਾਂਦਾ ਹੈ, ਜਿਸ ਤੋਂ ਬਾਅਦ ਜਦੋਂ ਪੈਸੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਕਰਿੰਦੇ ਨੂੰ ਦਿੱਤੇ ਜਾਂਦੇ ਨੇ ਤਾਂ ਜੋ ਪੈਟਰੋਲ ਪੰਪ ਦਾ ਕਰਿੰਦਾ ਇਹਨਾਂ ਨੂੰ ਪੈਸੇ ਖੁੱਲ੍ਹੇ ਦੇਣ ਦੇ ਲਈ ਕਹਿੰਦਾ। ਪਰ ਜਿਵੇਂ ਹੀ ਉਹ ਕਹਿੰਦਾ ਤਾਂ ਜੋ ਬਾਈਕ ਦੇ ਪਿਛਲੇ ਪਾਸੇ ਇੱਕ ਹੋਰ ਬਦਮਾਸ਼ ਬੈਠਾ ਜਿਸਨੇ ਆਪਣਾ ਮੂੰਹ ਢੱਕਿਆ ਹੋਇਆ, ਉਹ ਇੰਨੇ ਵਿੱਚ ਹੀ ਪਿਸਤੌਲ ਕੱਢ ਲੈਂਦਾ ਅਤੇ ਜੋ ਪੰਪ ਦਾ ਕਰਿੰਦਾ ਹੁੰਦਾ ਉਸਨੂੰ ਕਹਿੰਦਾ ਕਿ ਜੋ ਕੁਝ ਵੀ ਤੇਰੇ ਕੋਲ ਹੈ ਉਹ ਕੱਢ ਦੇਵੇ। ਤਾਂ ਉਸ ਤੋਂ ਬਾਅਦ ਉਹ ਡਰ ਦੇ ਮਾਰੇ, ਉਸਦੇ ਕੋਲ 10,000 ਰੁਪਏ ਹੁੰਦੇ ਨੇ, ਉਹ ਉਹਨਾਂ ਨੂੰ ਦੇ ਦਿੰਦਾ। ਜਿਸ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਘਟਨਾ CCTV ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਅਤੇ ਫਿਰ ਉਸ ਤੋਂ ਬਾਅਦ ਪਿਸਤੌਲ ਦਿਖਾ ਕੇ ਸਾਰੇ ਹੀ ਕਰਿੰਦੇ ਤੋਂ ਪੈਸੇ ਲੁੱਟ ਕੇ ਫਰਾਰ ਹੋ ਗਏ ਨੇ। ਫਿਲਹਾਲ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ CCTV ਦੇ ਵਿੱਚ ਕੈਦ ਹੋਈ ਹੈ ਅਤੇ ਇਹ ਤਸਵੀਰਾਂ ਤਰਨ ਤਾਰਨ ਤੋਂ ਸਾਹਮਣੇ ਆਈਆਂ ਨੇ। ਤੇਲ ਪਵਾਇਆ ਪਹਿਲੋਂ ਮੇਰੇ ਤੋਂ ਉਹਨਾਂ ਨੇ, ਫਿਰ ਮੈਂ ਟੁੱਟੇ ਪੈਸੇ ਨਹੀਂ ਹੈਗੇ, ਕਹਿੰਦੇ ਨਹੀਂ ਹੈਗੇ। ਫਿਰ ਉਹਨਾਂ ਮੈਨੂੰ ਪੈਸੇ ਦਿੱਤੇ, ਮੈਂ ਪਰਚੀਆਂ ਕੱਢ ਕੇ ਦੇ ਦਿੰਦੇ ਹਾਂ, ਉਦੋਂ ਮੈਨੂੰ ਕਹਿੰਦੇ ਪੈਸੇ ਕੱਢਦੇ ਜਿੰਨੇ ਹੈਗੇ। ਫਿਰ ਉਹਨਾਂ ਨੂੰ ਪਿਸਤੌਲ ਦੀ ਨੋਕ 'ਤੇ ਪਿਸਤੌਲ ਵਿਖਾਇਆ ਮੈਨੂੰ, ਪਿਸਤੌਲ ਦੀ ਨੋਕ 'ਤੇ ਮੇਰੇ ਤੋਂ ਪੈਸੇ ਖੋ ਕੇ ਲੈ ਗਏ। ਅਤੇ ਕਿੰਨੇ ਕੁ ਪੈਸੇ ਸੀ ਵੀਰ ਜੀ? ਵੀਰ ਜੀ ਹੈਗਾ ਸੀ 9,910,000। ਅਤੇ ਉਹਨਾਂ ਕੋਲ ਹਥਿਆਰ ਵੀ ਹੈਗੇ? ਹਾਂਜੀ ਵੀਰ ਜੀ, ਹਥਿਆਰ ਵੀ ਹੈਗੇ। ਅਤੇ ਕਿਹੜੀ ਚੀਜ਼ 'ਤੇ? ਪਿਸਤੌਲ ਦੀ ਨੋਕ 'ਤੇ ਲੈ ਗਏ। ਕਿਹੜੀ ਚੀਜ਼ 'ਤੇ ਆਏ ਸੀ ਉਹ? ਸਪਲੈਂਡਰ ਮੋਟਰਸਾਈਕਲ ਵੀਰ ਜੀ। ਅਤੇ ਕੋਈ CCTV ਫੁਟੇਜ ਹੈਗੀ? ਹਾਂਜੀ ਵੀਰ ਜੀ, CCTV ਫੋਟੋ ਹੈਗੀ, ਕੈਮਰੇ ਲੱਗੇ, ਕੈਮਰੇ ਦੇ ਵਿੱਚ ਉੱਤੇ ਕੈਮਰੇ ਲੱਗੇ ਆ ਮਸ਼ੀਨ 'ਤੇ। ਕੀ ਮੰਗ ਕਰਦੇ ਜੀ?
ਇਨਸਾਫ ਦੀ ਮੰਗ ਕਰਦੇ ਆ ਜੀ, ਇਨਸਾਫ ਦਿੱਤਾ ਜਾਵੇ।